ਪੁਲਿਸ ਦੀ ਗ੍ਰਿਫਤ ਵਿੱਚ ਨਜ਼ਰ ਆ ਰਹੇ ਇਹ ਦੋਵੇਂ ਪਤੀ ਪਤਨੀ ਸ਼ਾਤਰ ਠੱਗ ਨੇ ਜੋ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸਨ ਤੇ ਉਹਨਾਂ ਨਾਲ ਠੱਗੀ ਕਰਦੇ ਸਨ। ਇਹਨਾਂ ਦੋਵੇਂ ਪਤੀ ਪਤਨੀ ਦੇ ਵੱਲੋਂ ਲੋਕਾਂ ਨੂੰ ਭਰਮਾਇਆ ਜਾਂਦਾ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਉਹਨਾਂ ਦੇ ਵਿਹੜੇ ਦੇ ਵਿੱਚ ਖਜ਼ਾਨਾ ਦੱਬਿਆ ਹੋਇਆ ਹੈ, ਜੇਕਰ ਉਹ ਮਿੱਟੀ ਪੁੱਟਣਗੇ ਤਾਂ ਸੋਨਾ ਚਾਂਦੀ ਉਹਨਾਂ ਨੂੰ ਮਿਲੇਗਾ ਤੇ ਉਹ ਕਰੋੜਪਤੀ ਬਣ ਜਾਣਗੇ। ਇਸੇ ਦਾ ਝਾਂਸਾ ਦੇ ਕੇ ਇਹ ਲੋਕਾਂ ਦੇ ਘਰਾਂ ਦੇ ਅੰਦਰ ਜਾਂਦੇ ਸਨ ਅਤੇ ਉਹਨਾਂ ਦੇ ਘਰਾਂ ਦੀ ਮਿੱਟੀ ਪੁਟਾਉਂਦੇ ਸਨ, ਪੈਸੇ ਠੱਗਦੇ ਸਨ। ਅਜਿਹੇ ਦੋ ਵਿਅਕਤੀਆਂ ਦੇ ਨਾਲ ਵੀ ਇਹਨਾਂ ਠੱਗਾਂ ਨੇ ਅਜਿਹਾ ਹੀ ਕੀਤਾ। ਇਹ ਪਤੀ ਪਤਨੀ ਉਹਨਾਂ ਦੇ ਵੀ ਘਰ ਪਹੁੰਚੇ ਤੇ ਦੋਨਾਂ ਵਿਅਕਤੀਆਂ ਤੋਂ 6 ਲੱਖ ਦੇ ਕਰੀਬ ਠੱਗੀ ਮਾਰੀ, ਜਿਸ ਤੋਂ ਬਾਅਦ ਇਹਨਾਂ ਵਿਅਕਤੀਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਫਿਰ ਪੁਲਿਸ ਦੇ ਵੱਲੋਂ ਟ੍ਰੈਪ ਲਗਾ ਕੇ ਠੱਗ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ। ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਮੋਹਾਲੀ ਦੇ ਹੀ ਇਹ ਦੋ ਸ਼ਖਸ ਨੇ ਜਿਨ੍ਹਾਂ ਦੇ ਨਾਲ ਠੱਗੀ ਕੀਤੀ ਸੀ ਪਤੀ ਪਤਨੀ ਨੇ, ਜਿਨ੍ਹਾਂ ਦੇ ਘਰ ਚ ਵੜ ਕੇ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਿ ਉਹਨਾਂ ਦੇ ਵਿਹੜੇ ਚ ਖਜ਼ਾਨਾ ਦੱਬਿਆ ਹੋਇਆ ਤੇ ਜੇਕਰ ਉਹ ਮਿੱਟੀ ਪੁੱਟਣਗੇ ਤਾਂ ਉਹਨਾਂ ਨੂੰ ਸੋਨਾ ਚਾਂਦੀ ਮਿਲੇਗਾ ਤੇ ਉਹ ਵੀ ਕਰੋੜਪਤੀ ਬਣ ਜਾਣਗੇ। ਇਸੇ ਦੇ ਚੱਲਦਿਆਂ ਉਹਨਾਂ ਨੇ ਪੈਸੇ ਵੀ ਲਏ, 6 ਲੱਖ ਦੇ ਕਰੀਬ ਇਹਨਾਂ ਦੋਨਾਂ ਵਿਅਕਤੀਆਂ ਤੋਂ ਪੈਸੇ ਠੱਗੇ, ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਨੇ ਫਿਰ ਟ੍ਰੈਪ ਲਗਾ ਕੇ ਇਹਨਾਂ ਪਤੀ ਪਤਨੀ ਨੂੰ ਮਥੁਰਾ ਤੋਂ ਕਾਬੂ ਕੀਤਾ। ਇਹ ਦੋਵੇਂ ਮਥੁਰਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤੇ ਦੋਵੇਂ ਪਤੀ ਪਤਨੀ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਚ ਭਰਮਾਉਂਦੇ ਸਨ ਤੇ ਫਿਰ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਤੋਂ ਪੈਸੇ ਠੱਗਦੇ ਸਨ। ਫਿਲਹਾਲ ਪੁਲਿਸ ਨੇ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਡੇਰਾਵਸੀ ਜਿਹੜਾ ਹੈਗਾ ਕੋਰਟ 'ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ, ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇੱਥੇ ਕੋਰਟ 'ਚ ਅਦਾਲਤ 'ਚ ਲਿਆਏ ਸੀ, ਜਿਹਦੇ ਨਾਲ ਠੱਗੀ ਮਾਰਨ ਵਾਲਾ, ਜਿਵੇਂ ਲੋਕਾਂ ਦੇ ਘਰਾਂ 'ਚ ਕਹਿੰਦੇ, ਲੋਕਾਂ 'ਚ ਵਿਹੜਿਆਂ 'ਚ, ਲੋਕਾਂ ਦੇ ਬਰਾਂਡੇ 'ਚ, ਲੋਕਾਂ ਦੇ ਘਰਾਂ 'ਚ ਕਹਿੰਦੇ ਜੀ ਸੋਨਾ ਪਿਆ ਅੰਦਰ, ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਅਤੇ ਸੋਨਾ ਤੁਹਾਨੂੰ ਕੱਢ ਕੇ ਦੇਵਾਂਗੇ, ਤੁਹਾਨੂੰ ਕਰੋੜਾਂ ਪਤੀ ਬਣਾਵਾਂਗੇ। ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗੁਰਜੀਤ ਸਿੰਘ ਮੁੰਡਾ, ਗੁਰਜੀਤ ਸਿੰਘ ਅਤੇ ਮਹਿੰਦਰ ਸਿੰਘ, ਇਹਨਾਂ ਦੋਨਾਂ ਵੱਲੋਂ ਦਰਖਾਸਤ ਸੀ ਇੱਕ ਇਹਨਾਂ ਫਰੋਡ ਬੰਦਿਆਂ ਵੱਲੋਂ। ਜਦੋਂ ਦਰਖਾਸਤ ਦਿੱਤੀ ਹੈ, ਸਾਲ ਡੇਢ ਸਾਲ ਤਕਰੀਬਨ ਲਗਭਗ ਹੋ ਗਿਆ, ਡੇਢ ਸਾਲ ਤੋਂ ਬਾਅਦ ਇਹ ਜਿਹੜੀ FIR ਦਰਜ 22/5/24 ਨੂੰ ਇਹ ਦਰਜ ਹੋਈ ਹੈ। ਦੋ ਦੋਸ਼ੀਆਂ ਦੇ ਖਿਲਾਫ ਰਾਜ ਕੁਮਾਰ ਰਜਤ ਅਤੇ ਸੋਨੀਆ ਤਾਨੀਆ ਅਤੇ ਇਹ ਦੋਨੋਂ ਬੰਦੇ ਜਿਹੜੇ ਹੈ ਵਿਅਕਤੀ ਆਦਮੀ ਤੀਵੀ ਮੀਆਂ ਬੀਬੀ ਨੇ, ਦੋਨੇ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ, ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ੍ਹ ਮਥੁਰਾ ਤੋਂ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ, ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ, ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ, ਪੰਜਾਬ ਦਾ ਪ੍ਰਧਾਨ ਹੈ ਮੈਂ, ਉਹਦੇ ਤਹਿਤ ਅਸੀਂ ਮਥੁਰਾ 'ਚ ਦੋ ਗੇੜੇ ਮਾਰੇ ਅਤੇ ਦੋ ਗੇੜਿਆਂ 'ਚ ਇਹਨਾਂ ਕੱਲ੍ਹ ਜਿਹੜੇ ਮੁਲਾਜ਼ਮਾਂ ਨੇ, ਪੁਲਿਸ ਮੁਲਾਜ਼ਮਾਂ ਨੇ, ਜਿਸ ਵਿੱਚ ਸਬ ਇੰਸਪੈਕਟਰ ਨਾਰ ਸਿੰਘ ਅਤੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ, ਤਾਂ ਕਿ SHO ਜਿਹੜਾ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਦੇ ਮਿਹਨਤ ਸਦਕਾ ਇਹ ਚੋਰ ਬਹੁਤ ਮੁਸ਼ਕਲ ਨਾਲ ਮਥੁਰਾ ਤੋਂ ਰਿਕਵਰ ਕੀਤੇ ਨੇ, ਅਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਇਨਸਾਫ ਦਿਵਾਉਣ ਲਈ, ਮਹਿੰਦਰ ਸਿੰਘ ਨੂੰ ਨਿਆਂ ਇਨਸਾਫ ਦਿਵਾਉਣ ਲਈ ਇਹ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਅਤੇ ਇਹਨਾਂ ਚੋਰਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ, ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਹੈ। ਦੇਖੋ ਹੁਣ ਅਗਲੀ ਅਦਾਲਤ ਜੇ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ, ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ, ਅਸੀਂ ਮਾਨਯੋਗ ਅਦਾਲਤ ਦਾ ਅਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੁਕੱਦਮਾ ਨੰਬਰ 22/5/24/406/420/120 IPC ਜੀ PS ਹੰਡੇਸਰਾ ਸਰ, ਇਹ ਅਰੈਸਟ ਕਰਿਆ ਜੀ ਕੱਲ੍ਹ, ਅੱਜ ਹੀ ਸਰ। ਜੁਰਮ ਇਹਨਾਂ ਨੇ ਢੋਕਰ ਜਾਇਆ ਸਰ, ਇਹਨਾਂ ਨੇ ਢੋਕਰ ਜਾ ਕੇ ਦਿਖਾਉਂਦੇ ਲੋਕਾਂ ਨੂੰ, ਲੁੱਟਦੇ ਆ ਜੀ ਇਹ। ਮੈਂ ਤੁਹਾਡੇ ਜ਼ਰੀਏ ਨਾਲ ਰਿਕੁਐਸਟ ਕਰਦਾ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਇਹਨਾਂ ਤੋਂ ਬਚੋ ਲੋਕਾਂ ਦੇ।